ਵਾਸਤੇ ਪਤਾ ਨਹੀਂ ਮੈਂ ਇਹ ਜਿਹੜੀ ਇਮਲੀ ਨੇ ਘਰ ਬਣਾਈ ਕੇ ਧਰੀ ਸੀ ਸੌਸ ਬਣਾਈ ਸੀ ਇਹ ਬਣਾਈ ਧਰੀ ਛੋੜੀ ਆਉਣਾ ਜਿਸਲੇ ਰਾਇਤਾ ਬਣਾਓ ਸਾਂ ਕੋਈ ਚੀਜ਼ ਬਣਾਉਣਾ ਚਾਹਣੀ ਹੋਣਾ ਚਾਵਲਾਂ ਵਾਸਤੇ ਤਾਂ ਆਰਾਮ ਨਾਲ ਇਮਲੀ ਕਰਾਇਣੀ ਸੋਣੀ ਬਣਾਈ ਟਿੱਗੀ ਹੈ ਕੱਢੋ ਫਰੀਜ਼ ਹੋਈ ਹੈ ਤਾਂ ਇਸਕੀ ਦੁਬਾਰਾ ਜਿਹੜੀ ਬਾਕੀ ਦੀਆਂ ਵਾਪਸ ਕਰੋ ਇਹ ਐਵੇਂ ਥੋੜ੍ਹਾ ਜਿਹਾ ਪਾਉਣੀ ਆ ਮਸਾਲਾ ਜ਼ੀਰਾ ਪਾਇਆ ਇਹ ਚਾਟ ਮਸਾਲਾ ਇਹ ਥੋੜ੍ਹਾ ਜਿਹਾ ਨਿਮਕ ਨਿਮਕ ਨਹੀਂ ਜ਼ਿਆਦਾ ਪਾਉਣਾ ਇਹ ਐਤਨੀ ਅੱਧੀ ਦੜਫੜ ਮਿਰਚਾਂ ਬਸ ਚਾਟ ਬਣਾਈ ਆ ਜਿਹੜੀ ਚਾਵਲਾਂ ਪਰ ਬਾਸਾਂ ਠੀਕ ਹੈ ਇਸਨੇ 'ਚ ਇੱਕ ਬਾਇਆ ਕਿਊਕੰਬਰ ਅਤੇ ਅੱਧਾ ਪਿਆਜ਼ਾ ਨਾ ਬੂਟਾ ਜਿਹੜਾ ਰੈੱਡ ਪਿਆਜ਼ ਹੈ ਨਾ ਉਹ ਬਾਇਆ ਹੋਇਆ ਅੱਧਾ ਬੂਟਾ ਪਿਆਜ਼ਾ ਨਾ ਬਾਇਆ ਬਰੀਕ ਕੱਟੀ ਕੇ ਉਸ ਕੀ ਮੈਂ ਨਿਮਕ ਲਾ ਕੇ ਪਹਿਲੇ ਰੱਖਿਆ ਸੀ ਜ਼ੀਰਾ ਥੋੜ੍ਹਾ ਸਾਰਾ ਪਾਇਆ ਹੋਇਆ ਯੋਗਟ ਆਪਣੀ ਮਰਜ਼ੀ ਜਿਸ ਦਿਨ ਸਭ ਬਣਾਉਣੀ ਆ ਯੋਗਟ ਜ਼ਿਆਦਾ ਜ਼ਿਆਦਾ ਬਣਾਉਣੀ ਆ ਜ਼ਿਆਦਾ ਯੋਗਟ ਬਾਸ ਹੋ ਤਾਂ ਯੋਗਟ ਪਾਇਆ ਯੋਗਟ ਨੇ ਵਿੱਚ ਚੀਜ਼ਾਂ ਸਾਰੀਆਂ ਮਿਕਸ ਕੀਤੀਆਂ ਹਨ ਜ਼ੀਰਾ ਦੜਫੜ ਮਿਰਚਾਂ ਨਿਮਕ ਆਪਣੀ ਜ਼ਰੂਰਤ ਦੇ ਮੁਤਾਬਕ ਤਾਂ ਆਪਣਾ ਚਾਟ ਮਸਾਲਾ ਇੱਕ ਕਿਊਕੰਬਰ ਅੱਧਾ ਪਿਆਜ਼ ਐਨ ਬੂਟਾ ਇਹ ਸਾਰਾ ਮੈਂ ਮਿਕਸ ਕਰਕੇ ਇਹ ਚਾਟ ਮੈਂ ਸਗੀ ਦੱਸੀ ਹੈ ਇਮਲੀ ਮੈਂ ਬਣਾ ਕੇ ਰੱਖੀ ਹੈ ਇਸ ਨੇ ਉੱਪਰ ਫਿਰ ਥੋੜ੍ਹੀ ਸਾਰੀ ਨਾ ਲਾਈ ਜਾਵੇ ਨਾਇਸ ਲੱਗਣੇ ਵਾਸਤੇ ਇਸਨੇ ਵਿੱਚ ਵੀ ਮਿਕਸ ਕੀਤੀ ਆ ਦੋ ਵੱਡੀਆਂ ਚਮਚਾਂ ਵਿੱਚ ਮਿਕਸ ਕੀਤੀ ਹੈ ਉੱਪਰ ਥੋੜ੍ਹੀ ਸਾਰੀ ਇਹ ਨਾਇਸ ਲੱਗਣੇ ਵਾਸਤੇ ਉੱਪਰ ਪਾਈ ਹੈ ਤਾਂ ਅਗਰ ਤੁਸੀਂ ਕਿ ਮੇਰੀ ਇਹ ਰੈਸਪੀ ਪਸੰਦ ਆਈ ਹੈ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਪਲੀਜ਼ ਅੱਲਾ ਹਾਫਿਜ਼।